ਤੁਸੀਂ ਵੇਖ ਰਹੇ ਹੋ ਝਾਂਜ ਤੇ ਐਨਆਰਆਈ ਨਿਊਜ਼ ਬੁਲੇਟਿਨ। ਲੋ ਪੇਸ਼ ਨੇ ਕੁਝ ਖਬਰਾਂ ਬਾਲੀਵੁੱਡ ਵਰਲਡ ਤੋਂ। ਜਵੈਗਾਟੋ ਨੇ ਮੈਨੂੰ ਸਮਝਾਇਆ ਡਿਲੀਵਰੀ ਬੁਆਏ ਦੀਆਂ ਤਕਲੀਫਾਂ। ਕਪਿਲ ਸ਼ਰਮਾ। ਆਉਣ ਵਾਲੀ ਫਿਲਮ ਜਵੈਗਾਟੋ ਟ੍ਰੇਲਰ ਲਾਂਚ ਤੋਂ ਬਾਅਦ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਮੁੱਖ ਅਦਾਕਾਰ ਕਪਿਲ ਸ਼ਰਮਾ ਵੱਲੋਂ ਸਾਂਝਾ ਕੀਤਾ ਗਿਆ ਇੱਕ ਵਿਅਕਤੀਗਤ ਕਿੱਸਾ ਸ਼ਾਮਲ ਹੈ। ਲਾਂਚ ਈਵੈਂਟ ਦੌਰਾਨ ਕਪਿਲ ਸ਼ਰਮਾ ਨੇ ਇੱਕ ਸਮਾਂ ਯਾਦ ਕੀਤਾ ਜਦੋਂ ਉਹਨਾਂ ਦੀ ਪਤਨੀ ਨੇ ਇੱਕ ਦੋਸਤ ਦੇ ਜਨਮਦਿਨ 'ਤੇ ਜਸ਼ਨ ਲਈ ਔਨਲਾਈਨ ਕੇਕ ਦਾ ਆਰਡਰ ਦਿੱਤਾ ਸੀ। ਉਹਨਾਂ ਦੱਸਿਆ ਹੈ ਕਿ ਇੱਕ ਦਿਨ ਅਸੀਂ ਆਪਣੇ ਇੱਕ ਮਿੱਤਰ ਦਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਸੀ, ਜਿਸ ਲਈ ਮੇਰੀ ਵਾਈਫ ਨੇ ਔਨਲਾਈਨ ਆਰਡਰ ਕਰਕੇ ਕੇਕ ਮੰਗਵਾਇਆ ਸੀ। ਜਦੋਂ ਪਰਸਨ ਆਇਆ ਤਾਂ ਅਸੀਂ ਕੇਕ ਦੇਖਿਆ ਤਾਂ ਉਹ ਥੋੜ੍ਹਾ ਵਿਗੜ ਚੁੱਕਾ ਸੀ ਅਤੇ ਬਾਕਸ ਅੰਦਰ ਇੱਥੇ ਉੱਥੇ ਲੱਗਾ ਹੋਇਆ ਸੀ। ਅਸੀਂ ਉਹ ਕੇਕ ਰਿਟਰਨ ਕਰ ਦਿੱਤਾ। ਫਿਰ ਮੈਨੂੰ ਅਚਾਨਕ ਇਹ ਧਿਆਨ ਆਇਆ ਕਿ ਇਸ ਡਿਲੀਵਰੀ ਪਰਸਨ ਨੂੰ ਕਿਤੇ ਆਪਣੀ ਸ਼ਾਪ ਤੋਂ ਝਿੜਕਾਂ ਨਾ ਪੈਣ ਜਾਂ ਇਸ ਦਾ ਭੁਗਤਾਨ ਉਸਨੂੰ ਆਪਣੀ ਤਨਖਾਹ 'ਚੋਂ ਨਾ ਕਰਨਾ ਪਵੇ। ਅਸੀਂ ਤੁਰੰਤ ਉਸਨੂੰ ਬੁਲਾਇਆ ਅਤੇ ਕੇਕ ਵਾਪਸ ਦੇਣ ਦੇ ਲਈ ਕਿਹਾ, ਕਿਉਂਕਿ ਅਸੀਂ ਕੇਕ ਨੂੰ ਉਂਝ ਵੀ ਕੱਟ ਕਰਨ ਵਾਲੇ ਸੀ। ਮੈਨੂੰ ਲੱਗਦਾ ਹੈ ਕਿ ਜਵੈਗਾਟੋ 'ਚ ਮੇਰੇ ਵੱਲੋਂ ਨਿਭਾਏ ਗਏ ਇਸ ਕਿਰਦਾਰ ਦੀ ਵਜ੍ਹਾ ਨਾਲ ਮੈਨੂੰ ਉਹਨਾਂ ਦੇ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ, ਕਿਉਂਕਿ ਮੈਂ ਆਪਣੇ ਕਿਰਦਾਰ ਨੂੰ ਨਿਭਾਉਣ ਦੇ ਸਮੇਂ ਇਹਨਾਂ ਗੱਲਾਂ 'ਚੋਂ ਲੰਘਿਆ ਹਾਂ। ਜਵੈਗਾਟੋ ਫਿਲਮ 17 ਮਾਰਚ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਬੇਯਕੀਨੀ ਹੈ ਪਠਾਨ ਹੁਣ ਭਾਰਤ ਵਿੱਚ ਨੰਬਰ 1 ਹਿੰਦੀ ਫਿਲਮ ਹੈ। ਸਿਧਾਰਥ ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਯਸ਼ਰਾਜ ਫਿਲਮਸ ਦੀ ਪਠਾਨ 6ਵੇਂ ਸ਼ੁੱਕਰਵਾਰ ਨੂੰ ਮੁੜ ਤੋਂ ਆਪਣੀ ਕਲੈਕਸ਼ਨ 'ਚ ਵਾਧੇ ਤੋਂ ਬਾਅਦ ਭਾਰਤ ਵਿੱਚ ਨੰਬਰ 1 ਹਿੰਦੀ ਫਿਲਮ ਬਣਨ ਵਾਲੀ ਬਾਹੂਬਲੀ 2 ਤੋਂ ਅੱਗੇ ਨਿਕਲ ਗਈ ਹੈ। ਪਠਾਨ ਨੇ ਭਾਰਤ ਵਿੱਚ 1.07 ਕਰੋੜ ਨੈੱਟ ਇਕੱਠੇ ਕੀਤੇ, ਜੋ ਕਿ ਪਠਾਨ ਨੇ ਹੁਣ ਇਕੱਲੇ ਵਿਦੇਸ਼ਾਂ ਵਿੱਚ $47.04 million ਦਰਜ ਕੀਤੇ ਹਨ, ਜਦਕਿ ਭਾਰਤ ਵਿੱਚ ਨੈੱਟ ਕਲੈਕਸ਼ਨ 529.96 ਕਰੋੜ ਰਹੀ ਹੈ। ਕੁੱਲ ਵਰਲਡਵਾਈਡ ਗ੍ਰੇਸ 1028 ਕਰੋੜ, ਭਾਰਤ ਵਿੱਚ ਇਕੱਲੇ 641.50 ਕਰੋੜ, ਵਿਦੇਸ਼ਾਂ ਵਿੱਚ 386.50 ਕਰੋੜ ਹਨ। ਸਿਧਾਰਥ ਕਹਿੰਦੇ ਹਨ ਕਿ ਇਹ ਬੇਯਕੀਨੀ ਲੱਗਦਾ ਹੈ ਕਿ ਪਠਾਨ ਅੱਜ ਭਾਰਤ ਵਿੱਚ ਨੰਬਰ 1 ਹਿੰਦੀ ਫਿਲਮ ਹੈ। ਦਰਸ਼ਕਾਂ ਵੱਲੋਂ ਪਠਾਨ 'ਤੇ ਜ਼ਾਹਰ ਕੀਤਾ ਗਿਆ ਪਿਆਰ ਅਤੇ ਸ਼ਾਬਾਸ਼ੀ ਇਤਿਹਾਸਿਕ ਹੈ ਅਤੇ ਇਹ ਬਾਕਸ ਆਫਿਸ ਨਤੀਜੇ ਵਿੱਚ ਦਿਸਦਾ ਹੈ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਮਿੱਤਰਾਂ ਦਾ ਨਾਂ ਚੱਲਦਾ ਫਿਲਮ ਦੇ ਗੀਤ ਚੁੰਬਾ ਨੂੰ ਮਿਲਿਆ ਭਰਮਾ ਹੁੰਗਾਰਾ। ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਅਤੇ ਤਾਨੀਆ ਇੰਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਮਿੱਤਰਾਂ ਦਾ ਨਾਂ ਚੱਲਦਾ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਇਹ ਫਿਲਮ 8 ਮਾਰਚ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ। ਹਾਲ ਹੀ ਵਿੱਚ ਫਿਲਮ ਮਿੱਤਰਾਂ ਦਾ ਨਾਂ ਚੱਲਦਾ ਫਿਲਮ ਦਾ ਗੀਤ ਚੰਬਾ ਰਿਲੀਜ਼ ਹੋਇਆ, ਜਿਸ ਨੂੰ ਗਾਇਕਾ ਗੁਰਲੇਜ ਅਖਤਰ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਇਸ ਗੀਤ ਨੂੰ ਤਾਨੀਆ, ਰਾਜ ਸ਼ੌਕਰ ਅਤੇ ਰੇਨੂ ਕੌਸ਼ਲ 'ਤੇ ਫਿਲਮਾਇਆ ਗਿਆ ਹੈ। ਗੀਤ ਵਿੱਚ ਤਿੰਨਾਂ ਦਾ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਯੂਟਿਊਬ 'ਤੇ 3.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦੱਸ ਦਈਏ ਕਿ ਫਿਲਮ ਵਿੱਚ ਗਿੱਪੀ ਗਰੇਵਾਲ, ਰੈਨ ਕੌਸ਼ਲ, ਸ਼ਵੇਤਾ ਤਿਵਾੜੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਅਤੇ ਹਰਦੀਪ ਗਿੱਲ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਰਾਕੇਸ਼ ਧਵਨ ਵੱਲੋਂ ਲਿਖੀ ਗਈ ਹੈ। ਫਿਲਮ ਦੁਨੀਆ ਭਰ ਵਿੱਚ ਜੀ ਸਟੂਡੀਓਜ਼ ਅਤੇ ਪੰਕਜ ਬੱਤਰਾ ਫਿਲਮਸ ਦੇ ਬੈਨਰ ਹੇਠ 8 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।